السلام عليكم. كي قال لي ਨਿੱਕੀ ਕਿਊਟ ਸੀ ਬੇਬੀ ਪਈ ਅਤੇ ਉਹ ਜਿਹੜਾ ਅਸਾਂ ਮਤਲਬ ਮੇਰਾ ਦੋਸਤ ਆਈ ਪਿਆ ਉਹ ਗੱਡੋਂ ਗਿਣਨ ਆਇਆ ਵਾ ਜੀ ਸਾਹਮਣੇ ਖੋਤਾ ਖੜ੍ਹੇ ਸੀ ਉਹ ਖੋਤਾ ਗਿਣਨ ਆਇਆ ਵਾ ਜੀ ਅਤੇ ਇਸ ਕਿਊਟ ਸੀ ਬੇਬੀ ਵਧੀਆ ਮਤਲਬ ਪਾਰਟੀ ਗਿਣੇ ਜੁਲਦੇ ਪਏ ਤਾਂ ਇੱਕ ਗੱਡੋਂ ਹੈ ਪਿਆ ਵੀ ਵਾਰ ਦੇਖ ਸਕਦੇ ਵੇ ਅੱਧਾ ਘੋੜਾ ਮੇਰੀ ਕੱਦ ਤਾਂ ਇਹਦੇ ਥੋੜ੍ਹੀ ਛੋਟੀ ਜਿਹੀ ਸੀ ਅਗਰ ਮੈਂ ਇਹਦੇ ਨਾਲ ਖੜ੍ਹ ਜਾਵਾਂ ਇਤਨਾ ਹੀ ਵੱਡਾ ਖੋਤਾ ਹੈ ਪਿਆ ਅੱਧਾ ਘੋੜਾ ਹੈ ਮਿਸਾਲ ਤੌਰ 'ਤੇ ਅਤੇ ਜੁਲ ਕੇ ਥੋਕੋ ਇਹਦੇ ਨਾਲ ਲਿਖੇ ਨੇ ਇਹ ਖੋਤਾ ਹੈ ਪਿਆ ਅੱਧਾ ਘੋੜਾ ਦੇਖ ਸਕਦੇ ਵੇ ਇਸ ਚਾਚੇ ਦੇ ਗਾਉਂ ਦੇ ਵਿੱਚ ਆਏ ਵਧੇ ਪਿੰਡ ਦੇ ਵਿੱਚ ਮਾਸ਼ਾਅੱਲਾ ਸਾਹਮਣੇ ਇਹਨੇ ਘਰ ਇਹਨਾਂ ਪੈ ਚਾਚੇ ਹੋਣੀ ਉਹ ਡੂ ਸਾਹਮਣੇ ਉਸ ਜਗ੍ਹਾ ਤੋਂ ਪਾਣੀ ਖਿਣਨ ਗਏ ਵਧੇ ਆਪਣੇ ਘਰ 'ਚੋਂ ਕਿਉਂਕਿ ਅਸਾਂ ਬਹੁ ਦੂਰ 'ਚੋਂ ਆਏ